ਵੀਡੀਓ ਵਿੱਚ ਤੁਸੀਂ ਪੁਲਿਸ ਵਾਲੇ ਦੇ ਹੱਥ ਵਿੱਚ ਇੱਕ ਮਾਈਕ ਤੇ ਐਂਪਲੀਫਾਇਰ ਦੇਖ ਰਹੇ ਹੋ, ਜਿਸ ਤੋਂ ਜਪਦਾ ਹੈ ਕਿ ਪੁਲਿਸ ਵਾਲਿਆਂ ਵੱਲੋਂ ਸ਼ਾਇਦ ਕੋਈ ਸਮਾਗਮ ਕਰਵਾਇਆ ਜਾ ਰਿਹਾ। ਪਰ ਜੀ ਨਹੀਂ, ਇਹ ਸਮਾਗਮ ਨਹੀਂ ਸਗੋਂ ਲੋਕਾਂ ਦੀ ਸ਼ਿਕਾਇਤ ਤੇ ਨਿਰਮਲ ਕੁਟੀਆ ਦੇ ਗ੍ਰੰਥੀ ਸਾਹਿਬ ਦਾ ਪਾਠ ਲਈ ਵਰਤਿਆ ਜਾਣ ਵਾਲਾ ਮਾਈਕ ਤੇ ਐਂਪਲੀਫਾਇਰ ਹੈ, ਜਿਸ ਨੂੰ ਪਾਠ ਦੇ ਦੌਰਾਨ ਹੀ ਪੁਲਿਸ ਵਾਲਿਆਂ ਵੱਲੋਂ ਜ਼ਬਤ ਕਰ ਲਿਆ ਗਿਆ। ਅਸਲ ਵਿੱਚ ਮਾਮਲਾ ਹੈ ਕਿ ਜਲੰਧਰ ਤੋਂ ਆਦਰਸ਼ ਨਗਰ ਵਿੱਚ ਪੈਂਦੀ ਨਿਰਮਲ ਕੁਟੀਆ ਦੇ ਨਜ਼ਦੀਕ ਬਲਰਾਜ ਸ਼ਰਮਾ ਵੱਲੋਂ ਲੰਬੇ ਸਮੇਂ ਤੋਂ ਨੋਇਜ਼ ਪੋਲਿਊਸ਼ਨ ਮਤਲਬ ਕਿ ਆਵਾਜ਼ ਪ੍ਰਦੂਸ਼ਣ ਦੇ ਤਹਿਤ ਸ਼ਿਕਾਇਤਾਂ ਕੀਤੀਆਂ ਜਾ ਰਹੀਆਂ ਸੀ। ਤੁਹਾਨੂੰ ਦੱਸ ਦਈਏ ਕਿ ਇਹ ਸਾਰਾ ਸਮਾਨ ਉਦੋਂ ਜ਼ਬਤ ਕੀਤਾ ਗਿਆ ਜਦੋਂ ਸਵੇਰੇ 5 ਵਜੇ ਗ੍ਰੰਥੀ ਸਾਹਿਬ ਵੱਲੋਂ ਪਾਠ ਕੀਤਾ ਜਾ ਰਿਹਾ ਸੀ ਅਤੇ ਜਲੰਧਰ ਦੀ SDM ਜਿਸ ਨੇ ਇਹ ਸਭ ਕਰਨ ਦੀ ਹਿੰਮਤ ਕੀਤੀ ਅਤੇ ਜਿਸ ਦੀ ਹਿਦਾਇਤਾਂ 'ਤੇ ਇਹ ਸਭ ਕੀਤਾ ਗਿਆ, ਆਓ ਤੁਹਾਨੂੰ ਸੁਣਾਉਂਦੇ ਹਾਂ ਕੀ ਕਹਿਣਾ ਉਹਨਾਂ ਦਾ। ਅਤੇ ਅੱਜ ਸਵੇਰੇ ਮੇਰੇ ਵੱਲੋਂ 5:15 ਵਜੇ ਦੇ ਕਰੀਬ ਜਦੋਂ ਚੈਕਿੰਗ ਕੀਤੀ ਗਈ ਤੇ ਪਾਇਆ ਗਿਆ ਕਿ ਮੌਕੇ ਤੇ ਬਹੁਤ ਜ਼ਿਆਦਾ ਉੱਚੀ ਆਵਾਜ਼ ਦੇ ਵਿੱਚ ਪਾਠ ਕੀਤਾ ਜਾ ਰਿਹਾ ਸੀ ਗ੍ਰੰਥੀ ਸਾਹਿਬ ਵੱਲੋਂ। ਉਹਨਾਂ ਨੂੰ ਹਦਾਇਤ ਵੀ ਕੀਤੀ ਗਈ ਕਿ ਇਹ ਆਵਾਜ਼ ਨੂੰ ਘਟਾਇਆ ਜਾਵੇ ਜਾਂ ਬੰਦ ਕੀਤਾ ਜਾਵੇ, ਪਰੰਤੂ ਉਹਨਾਂ ਵੱਲੋਂ ਨਹੀਂ ਹਦਾਇਤਾਂ ਦੀ ਪਾਲਣਾ ਕੀਤੀ ਗਈ। ਇਸ ਕਰਕੇ ਮੌਕੇ ਤੇ ਜੋ ਵੀ ਉਹਨਾਂ ਦਾ ਐਂਪਲੀਫਾਇਰ ਵਗੈਰਾ ਮਾਈਕ ਸੀਗਾ ਉਹ ਜ਼ਬਤ ਕਰਕੇ ਥਾਣੇ 'ਚ ਜਮ੍ਹਾਂ ਕਰਵਾ ਦਿੱਤਾ ਗਿਆ ਹੈਗਾ ਅਤੇ ਨੋਇਜ਼ ਰੂਲਸ ਅਤੇ ਸੁਪਰੀਮ ਕੋਰਟ ਅਤੇ ਹਾਈ ਕੋਰਟ ਦੀਆਂ ਗਾਈਡਲਾਈਨਸ ਦੇ ਮੁਤਾਬਕ ਪਰਚੇ ਵਾਸਤੇ ਵੀ SHO ਸਾਹਿਬ ਨੂੰ ਲਿਖ ਦਿੱਤਾ ਗਿਆ ਤੇ ਉਹਨਾਂ ਨੂੰ 24 ਘੰਟੇ 'ਚ ਮੈਨੂੰ FIR ਨੰਬਰ ਵਗੈਰਾ ਦੀ ਡਿਟੇਲ ਉਹ ਦੇ ਦੇਣਗੇ। ਕਿਹਨਾਂ ਲੋਕਾਂ ਦੇ ਖਿਲਾਫ ਜਿਹੜੀ FIR ਕਰਵਾਈ ਜਾ ਰਹੀ? ਨਿਰਮਲ ਕੁਟੀਆ ਦੇ ਜਿਹੜੀ ਮੈਨੇਜਮੈਂਟ ਹੈਗੀ। ਚੱਲਦੇ ਪਾਠ ਵਿੱਚ ਸਪੀਕਰ ਚੁੱਕਣ ਵਾਲੇ ਮਾਮਲੇ ਵਿੱਚ ਲੋਕਾਂ ਦੀਆਂ ਕਈ ਪ੍ਰਤੀਕਿਰਿਆਵਾਂ ਸਾਹਮਣੇ ਆ ਰਹੀਆਂ ਨੇ ਤੇ ਇਸ ਸਿੱਕੇ ਦੇ 2 ਪਹਿਲੂ ਜਪਦੇ ਨੇ ਤੇ ਪਹਿਲਾ ਪਹਿਲੂ ਇਹ ਹੈ ਕਿ ਚੱਲਦੇ ਪਾਠ ਵਿੱਚੋਂ ਪੁਲਿਸ ਵਾਲਿਆਂ ਵੱਲੋਂ ਮਾਈਕ ਤੇ ਐਂਪਲੀਫਾਇਰ ਲਿਜਾਣਾ ਗਲਤ ਜਪਦਾ ਹੈ ਤੇ ਦੂਜੇ ਪਾਸੇ ਕੁਟੀਆ ਦੇ ਨੇੜੇ ਰਹਿਣ ਵਾਲੇ ਬਿਮਾਰ ਵਿਅਕਤੀ ਤੇ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਕਿੰਨੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੋਣਾ ਤੇ ਬਿਮਾਰ ਵਿਅਕਤੀਆਂ ਨੂੰ ਸੌਣ ਦੇ ਵਿੱਚ ਮੁਸ਼ਕਿਲ ਆਉਂਦੀ ਹੋਵੇਗੀ ਤੇ ਵਿਦਿਆਰਥੀਆਂ ਨੂੰ ਪੜ੍ਹਨ ਵਿੱਚ ਦਿੱਕਤ। ਅਤੇ ਅੱਜ ਸਵੇਰੇ ਮੇਰੇ ਵੱਲੋਂ 5:15 ਵਜੇ ਦੇ ਕਰੀਬ ਜਦੋਂ ਚੈਕਿੰਗ ਕੀਤੀ ਗਈ ਤੇ ਪਾਇਆ ਗਿਆ ਕਿ ਮੌਕੇ ਤੇ ਬਹੁਤ ਜ਼ਿਆਦਾ ਉੱਚੀ ਆਵਾਜ਼ ਦੇ ਵਿੱਚ ਪਾਠ ਕੀਤਾ ਜਾ ਰਿਹਾ ਸੀ ਗ੍ਰੰਥੀ ਸਾਹਿਬ ਵੱਲੋਂ। ਉਹਨਾਂ ਨੂੰ ਹਦਾਇਤ ਵੀ ਕੀਤੀ ਗਈ ਕਿ ਇਹ ਆਵਾਜ਼ ਨੂੰ ਘਟਾਇਆ ਜਾਵੇ ਜਾਂ ਬੰਦ ਕੀਤਾ ਜਾਵੇ, ਪਰੰਤੂ ਉਹਨਾਂ ਵੱਲੋਂ ਨਹੀਂ ਹਦਾਇਤਾਂ ਦੀ ਪਾਲਣਾ ਕੀਤੀ ਗਈ। ਇਸ ਕਰਕੇ ਮੌਕੇ ਤੇ ਜੋ ਵੀ ਉਹਨਾਂ ਦਾ ਐਂਪਲੀਫਾਇਰ ਵਗੈਰਾ ਮਾਈਕ ਸੀਗਾ ਉਹ ਜ਼ਬਤ ਕਰਕੇ ਥਾਣੇ 'ਚ ਜਮ੍ਹਾਂ ਕਰਵਾ ਦਿੱਤਾ ਗਿਆ ਹੈਗਾ ਅਤੇ ਨੋਇਜ਼ ਰੂਲਸ ਅਤੇ ਸੁਪਰੀਮ ਕੋਰਟ ਅਤੇ ਹਾਈ ਕੋਰਟ ਦੀਆਂ ਗਾਈਡਲਾਈਨਸ ਦੇ ਮੁਤਾਬਕ ਪਰਚੇ ਵਾਸਤੇ ਵੀ SHO ਸਾਹਿਬ ਨੂੰ ਲਿਖ ਦਿੱਤਾ ਗਿਆ ਤੇ ਉਹਨਾਂ ਨੂੰ 24 ਘੰਟੇ 'ਚ ਮੈਨੂੰ FIR ਨੰਬਰ ਵਗੈਰਾ ਦੀ ਡਿਟੇਲ ਉਹ ਦੇ ਦੇਣਗੇ। ਕਿਹਨਾਂ ਲੋਕਾਂ ਦੇ ਖਿਲਾਫ ਜਿਹੜੀ FIR ਕਰਵਾਈ ਜਾ ਰਹੀ? ਨਿਰਮਲ